ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਣ ਵਾਲੀ ਖਬਰ ਬੇਅੰਤ ਕੌਰ ਅਤੇ ਲਵਪ੍ਰੀਤ ਸਿੰਘ ਦੀ ਹੈ। ਤੁਹਾਨੂੰ ਦੱਸ ਦਾਂ ਕਿ ਲਵਪ੍ਰੀਤ ਸਿੰਘ ਨੇ ਆਤਮ ਹੱਤਿਆ ਕਰ ਲਈ ਹੈ ਅਤੇ ਬੇਅੰਤ ਕੌਰ ਜੋ ਕਿ ਲਵਪ੍ਰੀਤ ਸਿੰਘ ਦੇ ਨਾਲ ਵਿਆਹ ਕਰਾ ਕੇ ਕੈਨੇਡਾ ਗਈ ਸੀ ਅਤੇ ਉਸਦਾ ਜਾ ਕੇ ਉੱਥੇ ਫੋਨ ਵੀ ਚੱਕਣਾ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਲਵਪ੍ਰੀਤ ਸਿੰਘ ਨੇ ਆਤਮ ਹੱਤਿਆ ਕਰ ਲਈ ਅਤੇ ਇਹ ਮੁੱਦਾ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਭਖਿਆ ਹੋਇਆ। ਅਤੇ ਇਸ ਮੁੱਦੇ ਨੂੰ ਦੇਖਦਿਆਂ ਹਾਏ ਕੈਨੇਡਾ ਨਾਮ ਦੇ ਇੱਕ ਗੀਤ ਨੂੰ ਰਿਲੀਜ਼ ਕਰਨ ਜਾ ਰਹੇ ਨੇ ਲਵਲੀ ਨੂਰ। ਗਾਣੇ ਨੂੰ ਲਿਖਿਆ ਵੀ ਲਵਲੀ ਨੂਰ ਨੇ ਹੈ ਅਤੇ ਗਾਇਆ ਵੀ ਲਵਲੀ ਨੂਰ ਨੇ ਹੈ ਅਤੇ ਇਸ ਗਾਣੇ ਨੂੰ ਡਾਇਰੈਕਟ ਕਰ ਰਹੇ ਨੇ ਮੁਨੀਸ਼ ਕਾਟਲ। ਅੱਜ ਕੱਲ੍ਹ ਦੇ ਇਸ ਭਖੇ ਹੋਏ ਮੁੱਦੇ ਦੀ ਕਹਾਣੀ ਲਵਲੀ ਨੂਰ ਨੇ ਆਪਣੀ ਕਲਮ ਰਾਹੀਂ ਬਿਆਨ ਕੀਤੀ ਹੈ ਅਤੇ ਇਹ ਗੀਤ ਉਹ ਰਿਲੀਜ਼ ਕਰਨ ਜਾ ਰਹੇ ਨੇ ਅਤੇ ਤੁਸੀਂ ਵੀ ਲਵਲੀ ਨੂਰ ਦੇ ਇਸ ਗੀਤ ਦੇ ਪੋਸਟਰ ਨੂੰ ਜ਼ਰੂਰ ਸ਼ੇਅਰ ਕਰੋ, ਕਿਉਂਕਿ ਲਵਲੀ ਨੂਰ ਜਿੰਨਾ ਵੀ ਲਿਖਦਾ ਹੈ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਲਈ ਲਿਖਦਾ ਹੈ। ਇਸ ਗੀਤ ਵਿੱਚ ਲਵਲੀ ਨੂਰ ਨੇ ਸੱਚਾਈ ਪੇਸ਼ ਕੀਤੀ ਹੈ ਜੋ ਕਿ ਹਰ ਵਾਰ ਉਸਦੇ ਗੀਤਾਂ ਵਿੱਚ ਸਾਨੂੰ ਸੁਣਨ ਨੂੰ ਮਿਲਦੀ ਹੈ। ਕਿਹੋ ਜਿਹਾ ਲੱਗਾ ਤੁਹਾਨੂੰ ਇਸ ਗੀਤ ਦਾ ਪੋਸਟਰ ਸਾਨੂੰ ਜ਼ਰੂਰ ਦੱਸ ਸਕਦੇ ਹੋ ਨੀਚੇ ਦਿੱਤੇ ਗਏ ਕਮੈਂਟ ਸੈਕਸ਼ਨ ਵਿੱਚ। ਅਤੇ ਹੋਰ ਲੇਟੈਸਟ ਅਪਡੇਟਸ ਲਈ ਆਪਣੇ ਇਸ ਚੈਨਲ ਨੂੰ ਜ਼ਰੂਰ ਫੋਲੋ ਕਰੋ।